ਬੀਤੇ ਦਿਨੀ ਕਾਂਗਰਸੀ ਮਹਿਲਾ ਆਗੂ ਰਾਜਵਿੰਦਰ ਕੌਰ ਭਾਗੀਕੇ ਦੀ ASI ਕੁਲਵੰਤ ਸਿੰਘ ਨਾਲ ਫੋਨ ਦੀ ਇੱਕ ਆਡੀਓ ਕਾਫੀ ਵਾਇਰਲ ਹੋ ਗਈ, ਜਿਸ ਵਿੱਚ ਸਾਫ਼ ਤੌਰ ਤੇ ਸੁਣਿਆ ਜਾ ਸਕਦਾ ਕਿ ਕਿਸ ਤਰ੍ਹਾਂ ਇੱਕ ਬਜ਼ੁਰਗ ASI ਤੇ ਆਗੂ ਬਦਜ਼ੁਬਾਨੀ ਕਰ ਰਹੀ ਹੈ ਤੇ ਇਸ ਤਰ੍ਹਾਂ ਰੋ ਪਾ ਰਹੀ ਹੈ ਜਿਵੇਂ ਕਿ ਉਸ ਬਜ਼ੁਰਗ ASI ਨੇ ਬਹੁਤ ਵੱਡਾ ਗੁਨਾਹ ਕਰ ਦਿੱਤਾ ਹੋਵੇ। ਪਰ ਹੁਣ ਇਸ ਵਾਇਰਲ ਆਡੀਓ ਨੂੰ ਲੈ ਕੇ ASI ਕੁਲਵੰਤ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਤੁਸੀਂ ਖੁਦ ਹੀ ਉਹਨਾਂ ਦੇ ਮੂੰਹੋਂ ਸੁਣ ਲਵੋ ਕਿ ਉਸ ਦਿਨ ਕੀ ਹੋਇਆ ਸੀ। ਮੈਂ ਚੌਂਕੀ ਦੇ ਵਿੱਚ ਹਾਜ਼ਰ ਸੀ ਉਸ ਟਾਈਮ 'ਤੇ। ਮੈਂ ਜਦੋਂ ਮੇਰੇ ਕਮਰੇ ਦੇ ਨਾਲ ਹੀ ਬਾਥਰੂਮ ਹੈ, ਮੈਂ ਉੱਥੋਂ ਨਹਾ ਕੇ ਨਿਕਲਿਆ ਸੀਗਾ ਅਤੇ ਮੈਂ ਇੱਕ ਲੱਤ ਆਪਣੀ ਪਜਾਮੀ ਦੀ ਪਾ ਲਈ ਸੀ ਅਤੇ ਇੱਕ ਰਹਿੰਦੀ ਸੀ ਹਜੇ। ਉਹਦੇ ਮੈਂ ਫੋਨ ਚੱਕ ਕੇ ਉਹਨਾਂ ਦਾ ਫੋਨ ਆਇਆ ਅਤੇ ਮੇਰਾ ਫੋਨ ਨਹੀਂ ਫੀਡ ਕੀਤਾ, ਜਾਣੀ ਕਿ ਇਹ ਮੈਂ ਸੋਰੀ ਮੰਨਦਾ। ਅਤੇ ਮੈਂ ਸੁਣਿਆ, ਮੈਂ ਕਿਹਾ ਵੀ ਉਹਨਾਂ ਦਾ ਫੋਨ ਆਇਆ, ਮੈਂ ਕਿਹਾ ਜੈਸ ਸਰ। ਉਹਨਾਂ ਨੇ ਫਿਰ ਵਾਰ ਵਾਰ ਮੈਨੂੰ ਕਿਹਾ ਅਤੇ ਮੈਂ ਕਿਹਾ ਲੇਡੀ 'ਚ ਬੋਲਦੀ, ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕੌਣ ਹੈ ਨਾ। ਅਤੇ ਉਹਨਾਂ ਨੇ ਕਾਫੀ ਗੱਲਾਂ ਬਾਤਾਂ ਕੀਤੀਆਂ ਕਹਿੰਦੇ ਮੇਰੇ ਨਾਲ, ਅਤੇ ਮੈਂ ਫਿਰ ਵੀ ਆਖਿਆ ਵੀ ਤੁਸੀਂ ਕੰਮ ਦੱਸੋ ਜੀ, ਕੋਈ ਕੰਮ ਕੀ ਹੈ, ਵੀ ਜਿਹੜੇ ਤੁਹਾਡੇ ਕੰਮ ਨਹੀਂ ਹੁੰਦੇ ਤੁਹਾਨੂੰ ਗੁੱਸਾ ਕੀ ਹੈ ਮੇਰੇ 'ਤੇ। ਮੈਂ ਤਾਂ ਇਹੀ ਕਹਿੰਦਾ ਰਿਹਾ ਵੀ ਤੁਹਾਨੂੰ 7 ਪਿੰਡਾਂ ਦੇ ਵਿੱਚੋਂ ਮੈਨੂੰ ਦੱਸ ਦਿਓ ਵੀ ਤੁਹਾਡਾ ਕੀ ਨਹੀਂ ਕੰਮ ਹੁੰਦਾ। ਇਹ ਸਰ ਇਸ ਤਰ੍ਹਾਂ ਹੈ ਵੀ ਜਦੋਂ ਜਿਹੜੇ ਹੁਣ ਕੰਮ ਹੈ 7 ਪਿੰਡਾਂ ਦੇ ਸਰ, ਉਹ ਇੱਥੇ ਚੌਂਕੀ ਦੇ ਵਿੱਚ ਹੋਈ ਜਾਂਦੇ ਆ ਸਰ, ਅਤੇ ਮੈਂ ਨਾ ਹੀ ਕਿਸੇ ਤੋਂ ਕੋਈ ਪੈਸਾ ਲੈਂਦਾ ਅਤੇ ਨਾ ਹੀ ਮੈਂ ਕਿਸੇ ਨੂੰ ਗਾਹ ਦਿੰਦਾ ਜੀ। ਇਹ ਵਿੱਚ ਮੇਰੇ ਵਿੱਚ ਬਹੁਤ ਵੱਡੀ ਕਹਿੰਦੇ ਭੈੜ ਆ, ਸਮਝ ਲਓ ਜਿਵੇਂ ਮਰਜ਼ੀ ਸਮਝ ਲਓ, ਮੈਂ ਰਿਸਪੈਕਟ ਕਰਦਾ ਜੀ ਸਾਰਿਆਂ ਦੀ। ਜਿੰਨਾ ਵੀ ਇਲਾਕਾ ਹੈ ਸਾਰਾ ਹੀ ਮੇਰੇ ਕੋਲ ਆਉਂਦਾ ਹੈ, ਮੈਂ ਚਾਹ ਪਾਣੀ ਤੋਂ ਬਗੈਰ ਜੋ ਵੀ ਆਪਣਾ ਹੱਕ ਬਣਦਾ ਆਪਣੇ, ਜਿਵੇਂ ਘਰ ਆਉਂਦਾ ਸਰ ਕੋਈ ਗੈਸਟ, ਅਤੇ ਉਸੇ ਤਰ੍ਹਾਂ ਹੀ ਮੈਂ ਕਹਿੰਦਾ ਉਹਨਾਂ ਦੀ ਰਿਸਪੈਕਟ ਐਂ ਕਰਦਾ ਜੀ, ਵੀ ਰੋਟੀ ਪਾਣੀ ਵੀ ਕਈ ਜਿੰਨੇ ਦੋਸਤ ਬਣੇ ਆ, ਜਿਵੇਂ ਤੁਹਾਡੇ ਨਾਲ ਵੀ ਮੇਰਾ ਪਿਆਰ ਰਿਹਾ ਪਹਿਲਾਂ, ਇਸ ਤਰ੍ਹਾਂ ਮੈਂ ਰੋਟੀ ਪਾਣੀ ਤੋਂ ਵੀ ਨਹੀਂ ਬਗੈਰ ਮੋੜਦਾ ਉਹਨਾਂ ਨੂੰ। ਮਹਾਰਾਜ ਦੀ ਕਿਰਪਾ, ਗੁਰੂ ਸਾਹਿਬ ਦੀ ਮੇਰੇ ਦਸਵੇਂ ਪਾਤਸ਼ਾਹ ਦੀ, ਅਤੇ ਗੁਰੂ ਸਾਹਿਬ ਦੀ ਨਗਰੀ ਦੇ ਵਿੱਚ ਸੇਵਾ ਕਰ ਰਹੇ ਹਾਂ ਸਰ। ਫਿਰ ਉਹਨਾਂ ਨੇ ਕਿਹਾ ਤੂੰ ASI USA, ਮੈਂ ਕਿਹਾ ਜੀ ਸਰ ਮੈਂ ਤਾਂ ਸੇਵਾ ਲਈ ਲੱਗਿਆ ਤੁਹਾਡੇ ਇਲਾਕੇ ਦੇ ਵਿੱਚ, ਮੈਂ ਤਾਂ ਸੇਵਾ ਕਰ ਰਿਹਾ, ਜੋ ਤੁਹਾਡਾ ਕੋਈ ਕੰਮ ਹੈਗਾ ਇਲਾਕੇ ਦਾ ਕੋਈ ਵੀਰਿਆ ਵਾ ਤਾਂ ਮੈਨੂੰ ਦੱਸ ਦਿਓ, ਕੋਈ ਵੀ 7 ਪਿੰਡਾਂ ਦੇ ਵਿੱਚ ਹੱਥ ਖੜਾ ਕਰਕੇ ਕਹਿ ਦੇ ਵੀ। ਅਕਸਰ ਚੋਣਾਂ ਦੌਰਾਨ ਸਿਆਸੀ ਆਗੂ ਪੁਲਿਸ ਵਾਲਿਆਂ ਤੇ ਆਪਣਾ ਕੰਮ ਕਰਾਉਣ ਨੂੰ ਦਬਾਅ ਪਾਉਂਦੇ ਨੇ, ਪਰ ਸਿਆਸਤ ਤੇ ਸੱਤਾ ਦਾ ਇੰਨਾ ਵੀ ਕੀ ਨਸ਼ਾ ਕਿ ਕਿਸੇ ਬਜ਼ੁਰਗ ਦੀ ਇੱਜ਼ਤ ਕਰਨੀ ਹੀ ਭੁੱਲ ਜਾਓ। ਇਸ ਤਰ੍ਹਾਂ ਦੇ ਆਗੂ ਆਪਣੀ ਮਿੱਟੀ ਪਲੀਤਾ ਕਰਾਉਂਦੇ ਹੀ ਨੇ, ਨਾਲ ਹੀ ਆਪਣੀ ਪਾਰਟੀ ਦਾ ਨਾਮ ਵੀ ਖਰਾਬ ਕਰਦੇ ਨੇ। ਮੋਗਾ ਤੋਂ ਜੋਗਿੰਦਰ ਸਿੰਘ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।